लो माड़ा किसान वीरो, राम राम, सत श्री अकाल, नमस्कार सारे किसान भरावां दा ट्रैक्टर सैंड खेती टक यूट्यूब चैनल ते मोस्ट वेलकम है। तो मैं आशा करदा कि सारे किसान वीर ठीक ठाक वधिया होणगे। तो जो अपनी अज दी वीडियो है, एक किसान वीरो जोंडियर 5405 4WD 4x4 ट्रैक्टर है, देख सकते हो। तो ये जिहड़ी अज दी वीडियो रहण वाली है, आपां ना थोड़ा चला के चैक करांगे, थोड़ी टैसट राइड लवांगे इहदी। तो टैसट राइड लैणी है, तो बाकी अगली वीडियो च तुहानू इहदी टैक्निकल स्पैसीफिकेशन वगैरह भी दसांगे पूरी, तो ये अपने जिहड़ा रेट वगैरह वह भी दसांगे। तो जिन्ने भी फंक्शन है सारे तुहानू दसांगे, शो शाह खोल के मीनिंग पूरी डिटेल देंगे कंप्लीट। तो इस वीडियो आपां थोड़ा ना चला के चैक कर लैंदे आ, ये देख सकते हो इधर रोड है, तो रोड पर आपां थोड़ा चला के चैक करते हैं ट्रैक्टर को, तो देखते हैं भी ट्रैक्टर की किदां दी परफॉर्मेंस वगैरह। नहीं नहीं पार्किंग च होंदा। नहीं 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 उधर आंडी ना पूरी चल सामी हूँ आप रोड पर चला के देखते हैं थोड़ा कि किदा की परफॉर्मेंस है ट्रैक्टर की। वो पाया ढाई पौना एक क्लच नप के ना डी अपने वालू वेखते पे नज़ारा यूंडियर का चला के भी कि चलान च टैंकी जहा पूरा है, छोटा टैंक बहुत वधिया हैवी ट्रैक्टर है, तो नज़ारा आन डे होर बार बोल रहा वेख लो, टायर भी काफ़ी बड़े ट्रैक्टर के। परफॉर्मेंस की ये अपना दूजा गेयर, उधरों डी गेयर लाए पाला टॉप गेयर लगाता, अपना टॉप गेयर च डी ए बी सी डी वाला मॉडल है। जोंडियर जोंडियर ही है भाई, है ना अपने नज़ारा छोटी जी शो लगी अपना क्या भी नहीं है, ज्यादा छोटा तो छोटा ट्रैक्टर है किसान भीरों की जी शेप है वो बढ़िया शेप है, देख सकते चलान का नज़ारा होगा दो बैग वे एक
ਹਾਲ ਲਓ ਮਾੜਾ ਜਿਹਾ। ਉੱਧਰ ਵੇਖਿਓ ਪਰਲੇ ਪਾਸੇ ਜਾਣ ਦਿਓ ਮਾਸਾ ਹੋਰ। ਕਿਸਾਨ ਵੀਰੋ ਚਲਾ ਕੇ ਆਪਾਂ ਦੇਖ ਲਿਆ ਟਰੈਕਟਰ ਨੂੰ, ਅਤੇ ਜਿਹੜਾ ਮੈਨੂੰ ਇਹਦੇ 'ਚ ਚਲਾਉਣ 'ਚ ਮੀਨਿੰਗ ਮਹਿਸੂਸ ਹੋਇਆ ਕਿਸਾਨ ਵੀਰੋ ਟਰੈਕਟਰ 'ਚ, ਅਜੇ ਕਿ ਜਿਹੜਾ ਮਾਡਲ ਆ ਨਾ ਹੈਗਾ ਇਨਲਾਈਨ ਪੰਪ ਦੇ ਨਾਲ ਆ ਇਹ। ਇਹਦੇ 'ਚ ਤੁਹਾਨੂੰ ਪਤਾ CRDI ਵਾਲੇ ਵੀ ਆਖਦੇ ਆ CRDI ਇੰਜਨ, ਲੇਕਿਨ ਇਹ ਸਿੰਪਲ ਇੰਜਨ ਆ, ਮਾਈਕੋ ਦਾ ਬੋਸ਼ ਦਾ 3 ਸਿਲੰਡਰ ਇਨਲਾਈਨ ਪੰਪ ਹੈ ਇਹਦੇ 'ਚ, ਇਹ ਦੇਖ ਲਓ। ਪਰ ਫਿਰ ਵੀ ਬਾਕੀ ਟਰੈਕਟਰਾਂ ਨਾਲੋਂ ਨਾ ਕਾਫੀ, ਜਿੱਦਾਂ ਮੈਂ ਚਲਾਉਂਦਾ ਰਹਿੰਦਾ ਮੈਨੂੰ ਸਮੂਥ ਲੱਗਾ ਟਰੈਕਟਰ, ਅਤੇ ਵਾਈਬ੍ਰੇਸ਼ਨ ਆ ਜਿੱਦਾਂ ਬਹੁਤ ਘੱਟ ਆ ਟਰੈਕਟਰ 'ਚ। ਅਤੇ ਬਾਕੀ ਜਿਹੜੀ ਇਹਦੀ ਇੱਕ ਗੱਲ ਹੋਰ ਸੀ, ਟਾਇਰ ਇਹਦੇ ਅਗਲੇ ਆ ਜਿਹੜੇ ਉਹ ਕਾਫੀ ਵੱਡੇ ਆ ਕਿਸਾਨ ਵੀਰੋ, ਇਹ ਦੇਖ ਸਕਦੇ ਹੋ 11-2-24 ਦੇ ਟਾਇਰ ਆ, ਅਤੇ ਵੱਡੇ ਟਾਇਰਾਂ ਦਾ ਆਪਣਾ ਹੀ ਮਜ਼ਾ ਹੁੰਦਾ। ਉੱਤੋਂ ਜਿਹਦੀ ਲੁੱਕ ਆ ਨਾ ਜਿਹੜੀ ਇਹਦੀ, ਇਹ ਤੁਸੀਂ ਕਹਿ ਸਕਦੇ ਹੋ ਕੰਪੈਕਟ ਲੁੱਕ ਆ, ਮੀਨਿੰਗ ਕੰਪਨੀ ਨੇ ਛੋਟਾ ਕੀਤਾ, ਤੁਹਾਨੂੰ ਇਹਦੀ ਸ਼ੋਅ ਦਾ ਜ਼ਿਆਦਾ ਖਲਾਰਾ ਨਹੀਂ ਹੈਗਾ। ਕੋਈ ਉੱਪਰੋਂ ਵੀ ਜਦੋਂ ਤੁਸੀਂ ਬਹਿ ਕੇ ਇਹਨੂੰ ਚਲਾਓਗੇ ਤੁਹਾਨੂੰ ਲੱਗੇਗਾ ਵੀ ਛੋਟਾ ਜਾਂ ਅਸੀਂ ਟਰੈਕਟਰ ਚਲਾ ਰਹੇ ਹਾਂ, ਲੇਕਿਨ ਪਾਵਰ ਕਾਫੀ ਜ਼ਿਆਦਾ। ਅਤੇ ਅੱਗੇ ਟਾਇਰਾਂ ਦੀ ਤਾਂ ਵੱਖਰੀ ਕਿਸਾਨ ਵੀਰੋ ਇਹਦੀ ਗੱਲਬਾਤ ਹੈ ਜਿਹੜੀ। ਤਾਂ ਮੈਂ ਆਸ਼ਾ ਕਰਦਾ ਵੀਡੀਓ ਵਧੀਆ ਲੱਗੀ ਹੋਏਗੀ, ਪਸੰਦ ਆਈ ਹੋਏਗੀ। ਅਤੇ ਵੀਡੀਓ ਨੂੰ ਮੇਰੇ ਵੀਰ ਲਾਈਕ ਕਰਿਓ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਅਤੇ ਜਿਹੜਾ ਇਹ ਮਾਡਲ ਹੈ ਜਿੱਦਾਂ ਤੁਹਾਨੂੰ ਮੈਂ ਦੱਸਿਆ ਸੀ, ਜਿਹੜਾ ਮੈਂ ਚਲਾਇਆ ਕਿਸਾਨ ਵੀਰੋ, ਇਹ ਨੋਰਮਲ ਟਰੈਕਟਰ ਆਉਂਦੇ ਆ 2 ਸਪੀਡ 'ਚ, ਹਾਈ ਅਤੇ ਮੀਡੀਅਮ ਲੋਅ 'ਚ। ਫਿਰ ਉਸ ਤੋਂ ਬਾਅਦ ਕੰਪਨੀਆਂ ਨੇ ਥੋੜ੍ਹੀ ਟੈਕਨੋਲੋਜੀ ਬਦਲੀ, ਜਿੱਦਾਂ ਹਰ ਕੰਪਨੀ ਨੇ ਉਹ ਹਾਈ ਲੋ ਮੀਡੀਅਮ 3 ਸਪੀਡ 'ਚ ਆ ਗਏ। ਲੇਕਿਨ ਜਿਹੜੀ ਯੂਨੀਅਰ ਕੰਪਨੀ ਆ ਕਿਸਾਨ ਵੀਰੋ, ਇਹੋ ਕੰਪਨੀ ਜਿਹਨਾਂ ਸਭ ਤੋਂ ਪਹਿਲੇ ABC ਅਤੇ D, ਮੀਨਿੰਗ ਉਹ 3 ਸਪੀਡ ਹੀ 4 ਸਪੀਡਾਂ 'ਚ ਲੈ ਕੇ ਆ ਗਈ ਟਰੈਕਟਰ ਨੂੰ। ਅਤੇ ਹੁਣ ਜਿਹੜਾ ਮੈਂ ਤੁਹਾਨੂੰ ਚਲਾ ਕੇ ਦੱਸਿਆ, ਉੱਧਰੋਂ ਟੋਪ ਗੇਅਰ ਸੀ 3ਰਾ, ਅਤੇ ਇੱਧਰੋਂ D ਗੇਅਰ ਸੀ ਕਿਸਾਨ ਵੀਰੋ, ਟੋਪ ਸਪੀਡ 'ਚ ਚਲਾ ਕੇ ਦੱਸਿਆ ਟਰੈਕਟਰ ਨੂੰ। ਤਾਂ ਉਹ ਵੀ ਤੁਸੀਂ ਵੀਡੀਓ 'ਚ ਦੇਖ ਲਿਆ ਹੋਣਾ। ਅਤੇ ਬਾਕੀ ਫਰੰਟ ਹਿੱਸਾ ਵਗੈਰਾ ਕਾਫੀ ਹੈਵੀ ਹੈ, ਤਾਂ ਅਗਲੀ ਜੋ ਵੀ ਇਹਦੀ ਜਾਣਕਾਰੀ ਆ, ਇੰਜਨ ਦੀ ਟੈਕਨੀਕਲ ਸਪੈਸੀਫਿਕੇਸ਼ਨ ਵਗੈਰਾ, ਇਹਦਾ ਰੇਟ ਵਗੈਰਾ, ਜਿੰਨੀ ਵੀ ਜਾਣਕਾਰੀ ਹੈਗੀ ਆ ਸਾਰੀ, ਇਹਦਾ ਟਰਨਿੰਗ ਰੇਡੀਅਸ ਵੀ ਚੈੱਕ ਕਰਾਵਾਂਗੇ ਅਗਲੇ ਚੱਕਿਆਂ ਦਾ। ਤਾਂ ਉਹ ਕਿਸਾਨ ਵੀਰੋ ਮੈਂ ਤੁਹਾਨੂੰ ਅਗਲੀ ਵੀਡੀਓ 'ਚ ਦਿਖਾਵਾਂਗਾ। ਜੇ ਇਸੇ ਵੀਡੀਓ 'ਚ ਆਪਾਂ ਕਵਰ ਕਰਨ ਲੱਗੇ ਸਾਰੀਆਂ ਚੀਜ਼ਾਂ, ਤਾਂ ਵੀਡੀਓ ਕਾਫੀ ਲੰਮੀ ਹੋ ਜਾਂਦੀ ਆ। ਅਤੇ ਇਸ ਕਰਕੇ ਮੈਂ ਕੋਸ਼ਿਸ਼ ਕਰਾਂਗਾ ਵੀ ਜਿਹੜੀਆਂ ਬਾਕੀ ਦੀਆਂ ਚੀਜ਼ਾਂ ਰਹਿ ਗਈਆਂ ਟਰੈਕਟਰ ਦੀਆਂ, ਉਹ ਤੁਹਾਨੂੰ ਮੈਂ ਅਗਲੀ ਵੀਡੀਓ 'ਚ ਦਿਖਾਵਾਂ ਬਣਾ ਕੇ, ਇਹਦੀ ਸ਼ੋਅ ਵਗੈਰਾ ਖੋਲ੍ਹ ਕੇ ਵੀ। ਅਤੇ ਬਾਕੀ ਮੈਂ ਆਸ਼ਾ ਕਰਦਾ ਫਿਰ ਕਿ ਪਸੰਦ ਜ਼ਰੂਰ ਆਈ ਹੋਏਗੀ ਵੀਡੀਓ। ਤਾਂ ਲਾਈਕ ਕਰਿਓ ਮੇਰੇ ਵੀਰ ਵੀਡੀਓ ਨੂੰ, ਚੈਨਲ ਨੂੰ ਸਬਸਕ੍ਰਾਈਬ ਕਰਿਓ। ਮਿਲਾਂਗੇ ਕਿਸੇ ਨਵੀਂ ਵੀਡੀਓ 'ਚ। ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ।